JD ਇੰਟਰਲੌਕ ਟਾਇਲ ਜੀ ਗਲੀਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਾਂ ਲਵਾਉਨੇ ਹਾਂ ਤਿਆਰ ਕਿਵੇਂ ਹੁੰਦੀ ਹੈ ਸਾਰੀ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਮਿਕਸਰ ਦੇ ਵਿੱਚ ਇਹਨਾਂ ਨੇ ਪਾਣੀ ਪਾ ਲਿਆ ਜੀ ਉਸ ਤੋਂ ਬਾਅਦ ਫੇਰ ਪਾਣੀ ਪਾ ਲਿਆ ਜੀ ਥੋੜਾ ਜਿਹਾ ਫੇਰ ਇਹ ਪਾਉਣਗੇ ਜਿਹੜਾ ਇਹਨਾਂ ਕੋਲ ਇੱਕ ਕੈਮੀਕਲ ਹੈ ਠੀਕ ਹੈ ਇਹ ਕੈਮੀਕਲ ਅਸੀਂ ਨਹੀਂ ਪੁੱਛਿਆ ਕਾਦੇ ਵਾਸਤੇ ਹੈ ਪਰ ਇਹ ਵਰਤਿਆ ਜਾਂਦਾ ਹੈ ਜੀ ਇਹਦੇ ਵਿੱਚ ਇੰਟਰਲੌਕ ਟਾਇਲ ਜਿਹੜੀ ਤਿਆਰ ਹੁੰਦੀ ਹੈ ਇਹਦੇ ਵਿੱਚ ਤੁਸੀਂ ਆਪਦੀ ਅੱਖਾਂ ਨਾਲ ਵੰਦੀ ਦੇਖਿਓ ਵੀ ਇਹ ਕਿਵੇਂ ਤਿਆਰ ਹੁੰਦੀ ਹੈ ਕਿਵੇਂ ਘਰਾਂ ਤੱਕ ਪਹੁੰਚਦੀ ਹੈ ਕੀ ਕੀ ਇਹਦੇ ਵਿੱਚ ਪੈਂਦਾ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਇਹਨਾਂ ਨੇ ਬਾਜਰੀ ਸਿੱਟਦੀ ਜੀ ਠੀਕ ਹੈ ਉਹ ਬਾਜਰੀ ਭਰ ਲੈ ਬਾਈ ਬਾਜਰੀ ਵਿੱਚ ਸਿੱਟਦੀ ਜੀ ਇਸ ਤੋਂ ਬਾਅਦ ਇਹਦੇ ਵਿੱਚ ਸਿੱਟਿਆ ਜਾਊਗਾ ਜੀ ਕ੍ਰੈਸਰ ਕ੍ਰੈਸਰ ਇਹਦੇ ਵਿੱਚ ਪਾ ਦਾਂਗੇ ਆਪਦੀ ਇਹਨਾਂ ਦੀ ਮਾਤਰਾ ਹੈ ਪੂਰੀ ਬ ਉਹੀ ਉਹ ਵੀ ਸਾਰਾ ਕੁਝ ਦੱਸਾਂਗੇ ਕਿਵੇਂ ਤੁਸੀਂ ਮੰਗਵਾ ਸਕਦੇ ਹੋ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਬਣਦੀ ਦੇਖ ਲਓ ਮੰਗਾਉਣੀ ਜਾਂ ਉਹ ਕਰਨੀ ਜਾਂ ਲਾਉਣੀ ਘਰੇ ਉਹ ਤਾਂ ਅਲੱਗ ਗੱਲ ਹੈ ਸਿਮਿੰਟ ਪਾਤਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਮਾਤਰਾ ਅਸੀਂ ਨਹੀਂ ਪੁੱਛੀ ਇਹਨਾਂ ਨੂੰ ਆ ਤਿੰਨ ਚੀਜ਼ਾਂ ਦੇ ਵਿੱਚ ਘੋਲ ਬਣਦਾ ਹੈ ਇਸ ਤੋਂ ਬਾਅਦ ਪਾਣੀ ਪਾ ਕੇ ਮਿਕਸ ਕਰਤਾ ਫਿਰ ਆ ਇਹ ਠਾਲੇ ਪਾਸੇ ਇਹਨਾਂ ਨੇ ਸੈਂਚੇ ਰੱਖਤੇ ਜੀ ਜਿਹੜੇ ਟਾਈਪ ਦੀ ਤੁਸੀਂ ਇੰਟਰਲੌਕ ਟਾਇਲ ਇਹਨਾਂ ਤੋਂ ਤਿਆਰ ਕਰਾਉਣੀ ਹੈ ਇਹਨਾਂ ਕੋਲੇ ਕਾਫੀ 10 ਤਰ੍ਹਾਂ ਦੇ ਸੈਂਚੇ ਨੇ ਲਗਭਗ 10 ਤੋਤੇ ਨੇ ਤੁਸੀਂ ਜਿਹੜੀ ਵੀ ਇਹਨਾਂ ਤੋਂ ਤਿਆਰ ਕਰਵਾਉਣੀ ਹੈ ਜਿਹੜਾ ਵੀ ਕਲਰ ਤਿਆਰ ਕਰਾਉਣਾ ਜਿਹੜਾ ਮਟੀਰੀਅਲ ਹੈ ਉਹਨੂੰ ਕੱਢ ਕੇ ਸੈਂਚੇ ਦੇ ਵਿੱਚ ਪਾਇਆ ਜਾਂਦਾ ਤੇ ਹੇਠਲੇ ਸੈਂਚੇ ਆਪੀ ਭਰ ਜਾਣਗੇ ਇਸ ਤੋਂ ਬਾਅਦ ਜਿਹੜੇ ਉੱਪਰ ਸੈਂਚੇ ਹੋਣਗੇ ਹੋਰ ਉਹਨਾਂ ਨੂੰ ਵੀ ਭਰਿਆ ਜਾਊਗਾ ਜੀ ਉਹ ਵੀ ਤੁਸੀਂ ਦੇਖ ਲਿਓ ਠੀਕ ਹੈ ਲਓ ਜੀ ਆਹ ਮਸ਼ੀਨ ਚੱਲ ਪਈ ਇਹ ਵਾਈਬ੍ਰੇਸ਼ਨ ਵਾਲੀ ਮਸ਼ੀਨ ਹੈ ਇਹ ਮੈਵਰੇਸ਼ਨ ਵਾਲੀ ਮਸ਼ੀਨ ਦਾ ਇਹ ਕੰਮ ਹੈ ਜਦੋਂ ਉਹ ਇੰਟਰਲੌਕ ਟਾਈਲਾਂ ਨੂੰ ਬਣਾਉਣ ਵਾਸਤੇ ਮਟੀਰੀਅਲ ਨੂੰ ਸੈਂਚੇ ਦੇ ਵਿੱਚ ਪਾਇਆ ਜਾਂਦਾ ਉਸ ਤੋਂ ਬਾਅਦ ਇਹ ਸੈਂਚੇ ਨੂੰ ਫੁੱਲ ਭਰ ਦਿੰਦੀ ਹੈ ਕੋਈ ਵੀ ਗੰਜੈਸ਼ ਨਾ ਰਵੇ ਵੀ ਸੈਂਚਾ ਖਾਲੀ ਰਹੇ ਜੇ ਵਿੱਚੋਂ ਇਹਦੇ ਵਿੱਚ ਥੋਥ ਰਹੇ ਜੇ ਪੂਰਾ ਇਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ ਵਾਈਬ੍ਰੇਸ਼ਨ ਤੱਕ ਰੱਖੇ ਜਾਂਦੇ ਨੇ ਜੇ ਕਿਸੇ ਦੇ ਵਿੱਚ ਇਹਨਾਂ ਨੂੰ ਘੱਟ ਲੱਗਦਾ ਮਟੀਰੀਅਲ ਨਾਲ ਦੀ ਨਾਲ ਪਾਇਆ ਜਾਂਦਾ ਕਿਉਂਕਿ ਸਭ ਤੋਂ ਵੱਧ ਵਾਈਬ੍ਰੇਸ਼ਨ ਆ ਜਗ੍ਹਾ ਤੇ ਜੀ ਤੁਸੀਂ ਆਪ ਦੇਖ ਲਓ ਠੀਕ ਹੈ ਨਾਲ ਦੀ ਨਾਲ ਉਹ ਦੂਸਰਾ ਬਾਈ ਸੈਂਚੇ ਰੱਖੀ ਜਾਂਦਾ ਤੁਸੀਂ ਦੇਖ ਲਓ ਪਰ ਪਰ ਕੇ ਜਿਹਦੇ ਵਿੱਚ ਮਟੀਰੀਅਲ ਵੱਧ ਹੈ ਉਹਦੇ ਚੋਂ ਘਟਾਇਆ ਜਾਂਦਾ ਜਿੱ ਜ ਘਟ ਹੈ ਉਹਦੇ ਵਿੱਚ ਪਾਇਆ ਜਾਂਦਾ ਤੇ ਵਾਈਬ੍ਰੇਸ਼ਨ ਇਹਨੂੰ ਬਿਲਕੁਲ ਫਿਕਸ ਕਰ ਦਿੰਦੀ ਹੈ ਉਸ ਤੋਂ ਬਾਅਦ ਇੱਕ ਜਿਹੜਾ ਆ ਦੂਸਰਾ ਬਾਈ ਹੈ ਇਹ ਪਲਾਈ ਦੇ ਉੱਤੇ ਇਹਨਾਂ ਦੀ ਚਿੰਤਤੀ ਕਰ ਰਿਹਾ ਠੀਕ ਹੈ ਲਗਾਤਾਰ ਇਹਨਾਂ ਨੂੰ ਲੈਣ ਦੇ ਵਿੱਚ ਲਗਾ ਰਿਹਾ ਇਸ ਤਰੀਕੇ ਨਾਲ ਆ ਸਾਰੀਆਂ ਲੱਗੀਆਂ ਪਈਆਂ ਨੇ ਤੇ ਬਹੁਤ ਛੇਤੀ ਇਹ ਸੁੱਕ ਜਾਣਗੀਆਂ ਕਿਉਂਕਿ ਲਾਈ ਰੱਖੀ ਜਾਂਦੀ ਹੈ ਪਲਾਈ ਰੱਖਣ ਤੋਂ ਬਾਅਦ ਫਿਰ ਉਸ ਦੇ ਉੱਤੇ ਦੂਸਰੀ ਤਹਿ ਲਾਈ ਜਾਂਦੀ ਹੈ ਲਗਭਗ ਇਹਨਾਂ ਨੂੰ 15 ਘੰਟਿਆਂ ਵਾਸਤੇ ਐਸੀ ਤਰ੍ਹਾਂ ਪਲਾਈਆਂ ਦੇ ਵਿੱਚ ਫਸਾ ਕੇ ਰੱਖਿਆ ਜਾਂਦਾ ਹੈ ਇੱਕ ਉੱਪਰ ਤਰਪਾਲ ਪਾਈ ਜਾਂਦੀ ਹੈ ਆਹ ਦੇਖ ਲਓ ਲਗਭਗ ਇਹਨਾਂ ਕੋਲੇ ਹੁਣ ਥੋੜਾ ਜਿਹਾ ਮਟੀਰੀਅਲ ਬਾਕੀ ਬਚਿਆ ਤੇ ਉਸ ਤੋਂ ਬਾਅਦ ਫਿਰ ਇਹ ਤੀਸਰੀ ਪਰਤ ਤੋਂ ਸ਼ੁਰੂ ਕਰ ਲੈਣਗੇ ਦੋ ਪਰਤਾਂ ਕੰਪਲੀਟ ਤੀਸਰੀ ਪਰਤ ਹੁਣ ਸ਼ੁਰੂ ਕਰਤੀ ਇਸ ਨੂੰ ਵੀ ਇਹ ਫਿਕਸ ਕਰਨਗੇ ਜਿੰਨੀ ਵੀ ਇਹਨਾਂ ਨੇ ਟਾਇਲ ਦਾ ਇਹਨਾਂ ਕੋਲੇ ਕੰਮ ਹੁੰਦਾ ਉੰਨੀ ਇਹ ਤਿਆਰ ਕਰਦੇ ਨੇ ਆਹ 15 ਘੰਟਿਆਂ ਬਾਅਦ ਤਰਪਾਲ ਨੂੰ ਆਪਾਂ ਨੇ ਚੱਕ ਦਿੱਤਾ ਜਿਹੜੀ ਤੱਕੀ ਹੋਈ ਸੀ ਹੁਣ ਤੁਹਾਨੂੰ ਅਗੇ ਤਰ੍ਹਾਂ ਦੀ ਤੁਸੀਂ ਕੋਈ ਵੀ ਮੰਗਾ ਲਓ ਕਲਰ ਤੁਸੀਂ ਆਪਣੀ ਮਰਜ਼ੀ ਦਾ ਮੰਗਵਾ ਸਕਦੇ ਹੋ ਕੋਲੇ ਖੜ ਕੇ ਪਵਾ ਸਕਦੇ ਹੋ ਵੀ ਅਸੀਂ ਆਹ ਕਲਰ ਸਾਨੂੰ ਪਸੰਦ ਹੈ ਆ ਦੇਖੋ ਜੀ ਕਿੰਨਾ ਘੈਂਟ ਸੈਂਚਾ ਬਣ ਗਿਆ ਆ ਤੁਹਾਡੇ ਸਾਹਮਣੇ ਆ ਬਣ ਕੇ ਤੁਹਾਡੀਆਂ ਅੱਖਾਂ ਨਾਲ ਤਿਆਰ ਹੋਈ ਹੈ ਵੀ ਕਿਵੇਂ ਇਹ ਤਿਆਰ ਕੀਤੀ ਜਾਂਦੀ ਹੈ ਠੀਕ ਹੈ ਜਿਹੜਾ ਵੀ ਕਲਰ ਤੁਹਾਨੂੰ ਘਰ ਦੇ ਵਿੱਚ ਲਾ ਕੇ ਪਸੰਦ ਹੈ ਵੀ ਅਸੀਂ ਆਹ ਲਾਉਣਾ ਹੈ ਉਹ ਤੁਸੀਂ ਇਹਨਾਂ ਨੂੰ ਦੱਸ ਦਿਓ ਉਹੀ ਕਲਰ ਇਹ ਲਾ ਦੇਣਗੇ ਕੋਲੇ ਖੜ ਕੇ ਚਾਹੇ ਤਿਆਰ ਕਰਾ ਲਓ ਅਲੱਗ-ਅਲੱਗ ਡਿਜ਼ਾਈਨ ਨੇ ਆ ਤੁਸੀਂ ਹੋਰ ਡਿਜ਼ਾਈਨ ਨਿਕਾ ਮਾਰ ਲਓ ਐਨੇ ਤਰ੍ਹਾਂ ਦੇ ਡਿਜ਼ਾਈਨ ਨੇ ਇਹਨਾਂ ਕੋਲ ਗੇਟ ਦੇ ਵਿੱਚ ਲਾਉਣੀਆਂ ਵੇੜੇ ਚ ਲਾਉਣੀਆਂ ਗਲੀ ਚ ਜਾਂਦੀਆਂ ਨੇ ਇਸ ਤਰੀਕੇ ਨਾਲ ਤੇ ਜਿੱਥੇ ਤੁਸੀਂ ਜੇ ਤੁਸੀਂ 15 ਤੋਂ 20 ਕਿਲੋਮੀਟਰ ਦੇ ਦੈਰੇ ਚ ਪਹੁੰਚ ਕਰਾਉਣੀ ਹੈ ਤਾਂ ਕੋਈ ਬਾਲਾ ਖਰਚਾ ਨਹੀਂ ਹੈਗਾ ਠੀਕ ਹੈ ਉਹ ਇਹਨਾਂ ਦੇ ਫੋਨ ਨੰਬਰ ਅਸੀਂ ਦਵਾਂਗੇ ਐਂਡ ਤੇ ਤੁਸੀਂ ਗੱਲ ਕਰ ਲਿਓ ਤੇ ਬਹੁਤ ਕਲਾਣਾ ਪਿੰਡ ਹੈ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਦਾ ਜੇ ਕਿਸੇ ਨੇ ਆਉਣਾ ਹੈ ਤੁਸੀਂ ਵਿਜ਼ਿਟ ਕਰਕੇ ਆਪ ਇੱਥੇ ਆ ਕੇ ਇਹਨਾਂ ਦਾ ਕੰਮ ਦੇਖ ਸਕਦੇ ਹੋ ਤੁਸੀਂ ਇਹਨਾਂ ਤੋਂ ਮੰਗਵਾ ਸਕਦੇ ਹੋ ਠੀਕ ਹੈ ਪਟਵਾਰੀ ਸਾਹਿਬ ਦੀ ਫੈਕਟਰੀ ਹੈ ਕਲਾਣੇ ਫੋਨ ਨੰਬਰ ਸਕਰੀਨ ਦੇ ਉੱਤੇ ਦੋਨੇ ਦਿੱਤੇ ਹੋਏ ਨੇ ਇਹਨਾਂ ਤੇ ਤੁਸੀਂ ਸੰਪਰਕ ਕਰਕੇ ਜਿੰਨੀ ਮਰਜ਼ੀ ਮੰਗਾ ਸਕਦੇ